ਵੱਖਰੇ ਤੋਂ ਬਾਅਦ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅਸੀਂ ਕਈ ਸਿਆਸਤਦਾਨਾਂ ਨੂੰ ਭਾਰਤ ਦੇ ਵਿੱਚ ਫੋਨ ਕਰ ਰਹੇ ਹਾਂ, ਜਾਂ ਤਾਂ ਉਹਨਾਂ ਨੂੰ ਖਬਰ ਮਿਲ ਚੁੱਕੀ ਹੈ ਕਿ ਅੱਜ ਦੇ ਮੁੱਦੇ ਦੇ ਵਿੱਚ ਇਸ ਮੁਤਲਕ ਵਿਚਾਰ ਵਟਾਂਦਰਾ ਹੋ ਰਿਹਾ ਅਤੇ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੇ। ਉਹ ਜਿਹੜੇ ਬੀਜੇਪੀ ਓਵਰਸੀਜ਼ ਦੇ ਬੁਲਾਰੇ ਨੇ ਉਹਨਾਂ ਨੇ ਵੀ ਫੋਨ ਚੱਕਣੇ ਬੰਦ ਕਰ ਦਿੱਤੇ ਹਨ। ਤਾਂ ਜੇਕਰ ਤੁਸੀਂ ਟੀ ਵੀ ਵੇਖ ਰਹੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਮੈਨੂੰ ਕਾਲ ਕਰਕੇ ਆਪਣੀ ਪ੍ਰਤੀਕਿਰਿਆ ਤੁਸੀਂ ਦੇ ਸਕਦੇ ਹੋ ਕਿ ਵਾਕਈ ਤੁਸੀਂ ਅਗਰ ਸੋਚ ਰਹੇ ਹੋ ਇੰਡੀਆ ਦੇ ਡਿਵਲਪਮੈਂਟ ਬਾਰੇ, ਬੈਟਰਮੈਂਟ ਬਾਰੇ, ਤਾਂ ਤੁਸੀਂ ਸਾਨੂੰ ਰੱਖ ਸਕਦੇ ਹੋ ਆਪਣੀ ਗੱਲਾਂ। ਮੇਰੇ ਨਾਲ ਲਗਾਤਾਰ ਕਾਲਰ ਜੁੜੇ ਹੋਏ ਨੇ, ਮੈਂ ਹੁਣ ਦਰਖਾਸਤ ਕਰਾਂਗਾ ਕਿ ਉਹਨਾਂ ਸਾਰੇ ਕਾਲਰਸ ਨੂੰ, ਉਹਨਾਂ ਸਾਰੇ ਵਿਊਅਰਸ ਨੂੰ ਜੋ ਸਾਨੂੰ ਰੋਜ਼ਾਨਾ ਕਾਲ ਕਰਦੇ ਹਨ, ਤੁਸੀਂ ਹੁਣ ਮੈਨੂੰ ਕਾਲ ਕਰ ਸਕਦੇ ਹੋ ਇਸ ਹੇਠ ਲਿਖੇ ਨੰਬਰ ਦੇ ਉੱਤੇ ਔਰ ਆਪਣੀ ਜਿਹੜੀ ਜਾਣਕਾਰੀ ਹੈ, ਆਪਣੇ ਜਿਹੜੇ ਸੁਝਾਅ ਨੇ, ਆਪਣੇ ਜਿਹੜੇ ਸੁਜੈਸ਼ਨਸ ਨੇ ਇਸ ਮੁਤਲਕ ਰੱਖ ਸਕਦੇ ਹੋ ਕਿ ਧਰਮ ਦੇ ਨਾਲ ਧਰਮ ਦੇ ਉੱਤੇ ਇਹ ਗੁੰਡਾਗਰਦੀ ਕਰਨੀ, ਜਿਹੜੀ ਗੱਲਾਂ ਹੁਣ ਸੁਣਨ ਨੂੰ ਮਿਲ ਰਹੀ ਹੈ ਭਾਰਤ ਦੇ ਵਿੱਚ, ਇਹ ਸਹੀ ਹੈ ਜਾਂ ਗਲਤ, ਇਸ ਮੁਤਲਕ ਤੁਹਾਡੇ ਵਿਚਾਰ ਮੈਂ ਜ਼ਰੂਰ ਜਾਣਨਾ ਚਾਹੁੰਦਾ। ਅਤੇ ਕਾਲਾਂ ਸਾਨੂੰ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਔਰ ਲੈਂਦੇ ਹਾਂ ਆਪਣੀ ਪਹਿਲੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਸਭ ਘੁੰਮਣ ਬੋਲਦਾ ਵਰਜੀਨੀਆ ਤੋਂ ਜੀ। ਕੀ ਕਹਿਣਾ ਚਾਹੋਗੇ? ਕਹਿਣਾ ਕੀ ਆ, ਇਹ ਪ੍ਰਧਾਨ ਮੰਤਰੀ ਜਿਹਨੇ ਦੁਨੀਆ ਫਿਰ ਲਈ ਆਪਣੇ ਕੱਪੜੇ ਵੇਚ ਲਏ ਜੀ, ਇਹ ਇੱਕ ਚਾਹ ਵੇਚਣ ਵਾਲਾ ਬੰਦਾ, ਦੂਜੇ ਵਾਸਤੇ ਆਪਣੀ ਸ਼ਰਮ ਹੋਣੀ ਚਾਹੀਦੀ ਆਪਣੇ ਸਿੱਖਾਂ ਨੂੰ ਜੀ, ਜਿਹੜੇ ਬਾਦਲ ਵਰਗੇ ਉੱਥੇ ਜਾ ਕੇ ਹਮਣਾ ਤੇ ਬਹਿ ਕੇ ਤਿਰਕ ਲਾਉਂਦੇ ਆ ਜੀ। ਚੰਦੂ ਮਾਜਰਾ ਇੱਕ ਅੰਮ੍ਰਿਤਧਾਰੀ ਬੰਦਾ ਆਪਣੇ ਗੋਟੇ ਉਹ ਮੌਲੀ ਬੰਨ ਕੇ ਦਰਬਾਰ ਸਾਹਿਬ ਚਲੋ, ਅਤੇ ਉਹ ਜ਼ਿਆਦਾ ਉੱਥੇ ਇਹਦੇ ਅੰਡਰ ਆਰਸ ਬੰਦੇ ਨੇ ਜੀ, ਭਾਈ ਸਾਹਿਬ ਆਪਣੇ ਸਿੱਖਾਂ ਦਾ ਵੀ ਕਸੂਰ ਆ, ਤੁਸੀਂ ਇਹਨਾਂ ਨੂੰ ਕਹੋ, ਇਹਨਾਂ ਨੇ ਆਪ ਹੀ ਆਪਣੇ ਪੈਰ ਵੱਡੇ ਆ, ਸਿੱਖਾਂ ਖਤਮ ਨਹੀਂ ਹੋ ਸਕਦੀ। ਮਹਾਰਾਜ ਸੱਚੇ ਭਾਈ ਕਿਰਪਾ ਕਰੇ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਵਿਚਾਰ ਅਸੀਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਸਿੰਘ ਬੋਲਦਾ ਜੀ, ਲੋਸ ਏਂਜਲਸ ਤੋਂ ਜੀ। ਸ਼ਮਸ਼ੇਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਆ ਵੀ ਭਾਰਤ ਸਰਕਾਰ ਦੀ ਰਾਜਗੱਦੀ ਸਾਂਭਣ ਲਈ ਜੀ, ਹੁਣ ਇਹ ਜ਼ਰੂਰੀ ਕੁਆਲੀਫਿਕੇਸ਼ਨ ਨਹੀਂ ਰਹੀ ਵੀ ਕਿ ਕੋਈ ਰਾਜਨੀਤਿਕ ਪਾਰਟੀ ਉਹੀ ਰਾਜਗੱਦੀ ਤੇ ਬੈਠੇ ਜਿਹਨੇ ਕੋਈ ਚੰਗੇ ਕੰਮ ਕੀਤੇ ਹੋਣ, ਕਿਉਂਕਿ 1984 ਦੇ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਨੇ ਐਸਾ ਨਵਾਂ ਤੋੜਾ ਤੋੜਿਆ ਕਿ ਕਿਸੇ ਘੱਟ ਗਿਣਤੀ ਤੇ ਤਸੱਦਦ ਕਰੋ ਤੇ ਬਹੁ ਗਿਣਤੀ ਦੀ ਵੋਟ ਹਾਸਲ ਕਰਕੇ ਰਾਜਗੱਦੀ ਤੇ ਬੈਠ ਜਾਓ, ਚਾਹੇ ਰਾਹੁਲ ਗਾਂਧੀ ਜੀ ਨੇ ਚਾਹੇ ਮੋਦੀ ਜੀ ਨੇ, ਦੋਨਾਂ ਚ ਕੋਈ ਫਰਕ ਨੀ, ਇੱਕੋ ਹੀ ਨੀਤੀ ਆ ਵੀ ਹਿੰਦੂ ਬਹੁ ਗਿਣਤੀ ਦੀ ਵੋਟ ਕਿਵੇਂ ਪ੍ਰਾਪਤ ਕਰਨੀ ਆ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਅਦੁਲਾਜ ਸਾਹਿਬ, ਮੈਂ ਤੁਹਾਡਾ ਪ੍ਰੋਗਰਾਮ ਬੜਾ ਅੱਛਾ ਲੱਗਾ ਜੀ 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 ਕੀ ਕਹਿਣਾ ਮੈਂ ਇਹ ਕਹਿਣਾ ਚਾਹੁੰਦਾ ਸੀ ਭਾਜੀ, ਜਿੱਦਾਂ ਉਹ ਡਾਕਟਰ ਸਾਹਿਬ ਕਹਿ ਕੇ ਗਏ ਵੀ ਸਾਡੇ ਕਰਕੇ ਸਰਵਾਈਵ ਕਰ ਲਈਏ ਹਿੰਦੁਸਤਾਨ ਦੀ ਸਰਕਾਰ ਤੇ ਇੱਥੋਂ ਦੇ ਲੋਕ, ਤੇ ਇਹ ਬਾਕੀ ਭਾਜੀ ਅਸੀਂ ਕਿਉਂ ਨੀ ਸਰਵਾਈਵ ਕਰ ਰਹੇ, ਕਿਉਂਕਿ ਸਾਡੇ ਵਿੱਚ ਏਕਾ ਨੀ, ਤੇ ਸਾਡੇ ਲੀਡਰ ਆ ਉਹਨਾਂ ਨੂੰ ਅਸੀਂ ਉਹਨਾਂ ਨੂੰ 20 ਵਾਰ ਜਿਤਾਇਆ, 20 ਵਾਰੀ ਸਾਡੇ ਛਿੱਤਰ ਮੁਰਾਏ, ਅਸੀਂ 1977 ਤੋਂ ਲੈ ਕੇ ਹਾਲੇ ਤੱਕ ਛਿੱਤਰ ਖਾਂਦੇ ਪਏ ਆ, ਉੱਥੇ ਕੈਲੀਫੋਰਨੀਆ ਵਿੱਚ ਵੀ ਪਿੱਛੇ ਛਿੱਤਰ ਪੈਂਦੇ ਆ, ਉਹ ਇਹੀ ਸਭ ਤੋਂ ਵੱਧ ਰੌਲਾ ਪਾਉਣ ਜੋਗੇ ਹੀ ਰਹਿ ਗਏ ਆ, ਜਿੱਦਾਂ ਚਿਰ ਏਕਾ ਨੀ ਉਹਨਾਂ ਚਿਰ ਕੁਛ ਨੀ। ਏਕਾ ਕਰੋ, ਇਹਨਾਂ ਲੀਡਰਾਂ ਨੂੰ ਇਕੱਠੇ ਹੋ ਕੇ ਜਿੱਥੇ ਘੇਰ ਕੇ ਇਹਨਾਂ ਨੂੰ ਕੁੱਟੋ, ਇੱਥੇ ਬਾਹਰ ਵੀ ਜੇ ਤੁਸੀਂ ਕੁੱਟ ਖਾਣੀ ਆ ਨਾ ਉਹ ਚੰਗੀ ਗੱਲ ਨੀ, ਗੋਰਿਆਂ ਨੂੰ ਕੁੱਟ ਮਾਰ, ਇਹਨਾਂ ਨੂੰ ਮਾਰੋ, ਇਹਨਾਂ ਨੂੰ ਮਾਰੋਗੇ ਤੇ ਗੋਰੀਆਂ ਵੀ ਬੜੀਆਂ ਖੁਸ਼ ਹੁੰਦੀਆਂ ਨੇ, ਸਨੱਖੀਆਂ ਸਨੱਖੀਆਂ ਗੋਰੀਆਂ ਜਿੱਥੇ ਛਾਲ ਮਾਰ ਕੇ ਤੁਹਾਡੇ ਮੋਢੇ ਤੇ ਬਹਿ ਜਾਣਗੀਆਂ, ਮੇਰਾ ਜਾਤੀ ਤਜਰਬਾ ਇਹੀ ਕਹਿਣਾ ਚਾਹੁੰਦਾ। ਚਲੋ ਜੀ, ਆਪਾਂ ਕਿਸੇ ਦੇ ਉੱਤੇ, ਸਾਡੀ ਕੌਮ ਨੇ ਹਮੇਸ਼ਾ ਲਵ ਐਂਡ ਕਰੇਜ ਸਿੱਖਿਆ, ਅਸੀਂ ਇਹ ਗੱਲ ਨਹੀਂ ਸਿੱਖੀ ਹੈ, ਅਤੇ ਅਸੀਂ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਇਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ। ਮੇਰੇ ਨਾਲ ਹੋਰ ਵੀ ਦਰਸ਼ਕ ਜੁੜ ਰਹੇ ਨੇ, ਉਹਨਾਂ ਦੀ ਵੀ ਗੱਲ ਅਸੀਂ ਸਮਝ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੋਗੇ? ਕਹਿਣਾ ਕੀ ਹੈ ਜੀ, ਇਹ ਤਾਂ ਸਰਕਾਰੀ ਸ਼ਹਿ ਤੇ ਹੈ, ਇਹਨਾਂ ਚ ਇੰਨੀ ਹਿੰਮਤ ਤਾਂ ਹੈ ਨੀ, ਇਹ ਸਰਕਾਰਾਂ ਤੁਹਾਡੇ ਸਾਹਮਣੇ ਜੇ ਪੁਲਿਸ ਕੋਲ ਖੜ ਕੇ ਕਰਾਉਂਦੀ ਹੈ ਤੇ ਇਹਦਾ ਮਤਲਬ ਇਹ ਆ ਵੀ ਸਿਰਫ ਇਹੀ ਕਰਾਉਂਦੇ, ਬਾਕੀ ਸਾਡੇ ਜਿਹੜੇ ਵਿਕਿਓ ਆ ਬਾਦਲਾਂ ਵਰਗੇ ਜਾਂ ਦੂਜੇ, ਹੁਣ ਇੱਥੇ ਅਮੈਰੀਕਾ ਦੇ ਵਿੱਚ ਕੋਈ ਸਿੱਖ ਨਾ ਜਾਤੀ ਹੁੰਦੀ ਤਾਂ ਸਾਰੇ ਭੌਂਕਣ ਲੱਗ ਪੈਂਦੇ ਆ, ਜਿਹੜੀ ਆ ਉੱਥੇ ਦੂਜੀ ਹੋਈ ਆ ਉਹ ਸਿੰਘਾਂ ਦੇ ਨਾਲ, ਉੱਥੇ ਬਾਦਲ ਕਿੱਥੇ ਗਏ, ਕੋਈ ਨਾ ਸੁਖਵੀਰ ਬੋਲਿਆ ਨਾ ਸਿਮਰੋ ਬੋਲੀ, ਉਹ ਕਾਹਦੇ ਨੀ ਬੋਲੇ, ਹੁਣ ਬਾਕੀ ਸਿਰਫ ਬੋਲਦੇ ਆ ਤੇ ਇਹ ਛੁਪੇ ਕਿਉਂ ਬੈਠੇ, ਉਹ ਤਾਂ ਗੁਰਬਚਨ ਸਿੰਘ ਕਿੱਥੇ ਗਿਆ ਆ, ਆਪਣੇ ਆਪ ਨੂੰ ਸਮਝਦਾ ਬਹੁਤ ਵੱਡਾ ਹੱਥ ਹੈ ਸਿੱਖਾਂ ਦਾ ਬਾਹਰ ਦਿਆਂ ਦਾ, ਉਹ ਉੱਥੇ ਡਾਲਰ ਨੂੰ ਮਿਲਦੇ ਆ ਜੀ,
ਉਹਨਾਂ ਬਾਰੇ ਕਦੇ ਨੀ ਬੋਲਿਆ ਵੀ ਹਾਂ ਵੀ ਪੁਲਿਸ ਵਾਲਿਆਂ ਨੂੰ ਉਹਨਾਂ ਦੇ 302 ਦਾ ਪਤਾ ਕਰਨਾ ਚਾਹੀਦਾ ਵੀ ਹਾਂ ਉਹ ਮਾਰਨੇ ਦੀ ਕੋਸ਼ਿਸ਼ ਹੈ। ਹਾਂ 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 ਬਿਲਕੁਲ ਬਿਲਕੁਲ ਸਹੀ ਗੱਲ ਹੈ। ਸਿਰਫ ਭਗਵਾਨ ਜਾਣ ਕੇ ਕੋਈ ਕਰਵਾ ਰਿਹਾ ਹੋਰ ਮਤਲਬ ਜੇ ਪੰਜਾਬ ਦੇ ਵਿੱਚ ਵੀ ਆ, ਮੈਂ ਤਾਂ ਕਹਿੰਦਾ ਵੀ ਜੇ ਪੰਜਾਬ ਚ ਸਾਡੇ ਨਾਲ ਇੱਦਾਂ ਕਰਨਾ ਚਾਹੁੰਦੇ ਤਾਂ ਸਿੱਖ ਕਿਤੇ ਮਰ ਗਏ ਆ, ਇਹਨਾਂ ਨੂੰ ਉੱਥੇ ਢੁਕਵਾਂ ਜਵਾਬ ਦੇਣ। ਸਿਰਫ ਸਰਕਾਰ ਦੀ ਸ਼ੈ ਆ ਵੀ ਉਹ ਵੋਟਾਂ ਕਰਕੇ ਵਿੱਚੇ ਅਮਰਿੰਦਰ ਤਾਂ ਵਿੱਚੇ ਸਾਰੇ ਸਾਰੇ ਇੱਕੋ ਹੀ ਆ, ਚੋਰੇ ਹੀ ਜਦ ਇਕੱਠੇ ਹੋਏ ਹੋ। ਬਿਲਕੁਲ ਸਾਹਮਣੇ ਆਉਣਾ ਚਾਹੀਦਾ, ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਘੱਟ ਗਿਣਤੀਆਂ ਬਾਰੇ, ਜੇਕਰ ਵਾਕਈ ਹੀ ਜੀ 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 ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਮੈਂ ਮਿਲਵਾਕੀ ਤੋਂ ਬੋਲਦੀ ਹਾਂ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦੀ ਹਾਂ ਜੀ ਵੀ ਕੁੱਕਰ ਰੰਗ ਬਰੰਗੇ ਬਾਂਗ ਇੱਕੋ ਸਾਰਿਆਂ ਦੀ ਆ ਜੀ ਜੀ। ਬਾਕੀ ਦੇਖੋ ਜੀ, ਇਹ ਜਿੰਨੇ ਵੀ ਮੇਰੇ ਭੈਣਾਂ ਭਰਾ ਅਮਰੀਕਾ ਚ ਵੱਸਦੇ ਆ, ਜਦੋਂ ਇੱਥੇ ਕਰਦਾ ਤਾਂ ਕਿਉਂ ਨੀ ਪੈਸੇ ਕੇ ਨਵਾਜ਼ ਕੱਟ ਵਾਜਦੇ ਆ ਇਹ ਜੀ। ਬਾਕੀ ਦੂਸਰੀ ਗੱਲ ਇਹ ਆ, ਜਦੋਂ ਵੀ ਇਹ ਆਉਂਦੇ ਆ ਸਾਰੇ ਨੂੰ ਮੂੰਹ ਤੁਹਾਨੂੰ ਜਵਾਬ ਦੇ ਨੱਕ ਚੰਗੀ ਰੱਖ ਕੇ ਪਾਉਣ, ਮੁੜ ਕੇ ਨਾ ਜਦੋਂ ਮੂੰਹ ਕਰਨ ਸਿੱਧੇ ਹੋ ਕੇ ਚੱਲਣ, ਉਹ ਕੋਈ ਵੀ ਗਲਤ ਨਹੀਂ ਕਰ ਸਕਦਾ ਜੀ 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 ਜੀ, ਠੀਕ ਹੈ ਨਾ ਜੀ ਜੀ। ਬਾਕੀ ਦਸਵੇਂ ਪਾਤਸ਼ਾਹ ਨੇ ਅਵਤਾਰ ਤਾਂ ਲੈ ਆਪਣਾ, ਜੋ ਮਰਜ਼ੀ ਕਰੀਆਂ ਸਿੱਖਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਜੀ 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 ਜੀ। ਉਹ ਤਾਂ ਅੱਜ ਤੱਕ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਔਰ ਸਿੱਖਾਂ ਨੇ ਹਮੇਸ਼ਾ ਆਪਣਾ ਬੋਲਬਾਲਾ ਹੀ ਕੀਤਾ ਔਰ ਉਹ ਕਰਦੇ ਰਹਿਣਗੇ, ਲੇਕਿਨ ਸਾਡੀ ਦਰਖਾਸਤ ਹੈ, ਮੈਂ ਅਪੀਲ ਕਰਦਾ ਸਾਰੇ ਦਰਸ਼ਕਾਂ ਨੂੰ ਜਿਹੜੇ ਉਹਨਾਂ ਸਿਆਸਤਦਾਨਾਂ ਨੂੰ ਬਿਲਕੁਲ ਕਰੀਬ ਤੋਂ ਜਾਣਦੇ ਹੋਣ, ਥੋੜ੍ਹਾ ਜਿਹਾ ਉਹਨਾਂ ਦੇ ਵਿੱਚ ਵੀ ਉਜਾਗਰ ਕਰੋ ਜਿਹੜੀ ਜਿਹਨਾਂ ਚੀਜ਼ਾਂ ਤੋਂ ਭਟਕੇ ਹੋਏ ਨੇ, ਔਰ ਆਪਣੇ ਜ਼ਿਹਨ ਦੇ ਵਿੱਚ ਉਹ ਪਾਉਣ ਕਿ ਪਹਿਲਾਂ ਸਿੱਖੀ ਹੈ, ਉਸ ਤੋਂ ਬਾਅਦ ਸਿਆਸਤ ਹੈ, ਉਸ ਤੋਂ ਬਾਅਦ ਹੋਰ ਚੀਜ਼ ਹੈ, ਪਹਿਲਾਂ ਧਰਮ ਹੈਗਾ, ਲੇਕਿਨ ਧਰਮ ਦੇ ਨਾਂ ਦੇ ਉੱਤੇ ਸਿਆਸਤ ਮੈਨੂੰ ਲੱਗਦਾ ਨਹੀਂ ਹੋਣੀ ਚਾਹੀਦੀ। ਬਿਲਕੁਲ ਸਹੀ ਫਰਮਾਇਆ ਜੀ। ਜਨਾਨੀਆਂ ਮੂੰਹ ਤੇ ਦਾੜੀ ਆਈ ਹੈ, ਬੰਦੇ ਬਣੇ ਗਿੱਦੜਾਂ ਦੀ ਡਾਰ ਆ, ਉਹ ਗੈਰਤ ਮਰ ਚੁੱਕੀ ਹੈ ਸਾਰਿਆਂ ਦੀ ਉਹਨਾਂ ਦੀ ਜੀ 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 ਜੀ, ਕਿਉਂਕਿ ਦਸਵੇਂ ਪਾਤਸ਼ਾਹ ਦੀ ਅਵਤਾਰ ਤਾਂ 58 ਸਾਲ ਹੋ ਗਏ ਆ, ਬੱਚੇ ਪੜ੍ਹ ਰਹੇ ਆਪ ਉਹ ਗੁਪਤ ਰੂਪ ਵਿੱਚ ਆ ਗਿਆ ਬਠਿੰਡੇ ਜ਼ਿਲ੍ਹੇ ਚਾ ਜੀ, ਦੇਖੋ ਨੀ ਕੀ ਹਾਲ ਹੋ ਰਹੀ ਇਹਨਾਂ ਦੇ, ਕਰਦੇ ਆ ਕਿਵੇਂ ਕਰ ਰਹੀ ਹੈ ਸਾਰੇ ਬਕਵਾਸ ਜਾਂ ਇੰਨਾ ਕਰਦੇ ਇਹ ਜੀ 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 ਜੀ। ਅਪੀਲ ਹੈਗੀ ਹੈ ਅਸੀਂ ਕੋਸ਼ਿਸ਼ ਵੀ ਇਸ ਕਰਨੀ ਚਾਹੀਦੀ ਹੈ ਉਹਨਾਂ ਸਿਆਸਤਦਾਨਾਂ ਨੂੰ, ਖਾਸ ਤੌਰ 'ਤੇ ਜੇਕਰ ਅਸੀਂ ਆਪਣੀ ਕੌਮ ਦੀ ਗੱਲ ਕਰੀਏ ਤਾਂ ਉਹਨਾਂ ਲੀਡਰਾਂ ਨੂੰ ਜਿਹੜੇ ਕਿ ਆਪਣੇ ਆਪ ਨੂੰ ਪੈਰੋਕਾਰ ਸਮਝਦੇ ਹਨ ਔਰ ਪੈਰਾ ਦਿੰਦੇ ਹਨ ਕਿ ਜਦ ਸਿੱਖਾਂ ਦੇ ਮਸਲੇ ਆਉਂਦੇ ਹਨ, ਲੇਕਿਨ ਫਿਰ ਉਹ ਪੈਰੇ ਕਿੱਥੇ ਚਲੇ ਜਾਂਦੇ ਹਨ ਜਦ ਘੱਟ ਗਿਣਤੀ ਮਹਿਫੂਜ਼ ਨਹੀਂ ਹੈ, ਜਦ ਉੱਥੇ ਤੁਹਾਡਾ ਸਿੱਖ ਭਾਈਚਾਰਾ ਹੀ ਮਹਿਫੂਜ਼ ਨਹੀਂ ਹੈ। ਬਲਕਿ ਇੱਥੇ ਤੱਕ ਇਸ ਵੀਡੀਓ ਨੂੰ ਵੇਖ ਕੇ ਇਹ ਕਿਹਾ ਗਿਆ ਕਿ 1984 ਦੇ ਵਿੱਚ ਜਿਸ ਤਰੀਕੇ ਦਾ ਹਾਦਸਾ ਵਾਪਰਿਆ ਸੀਗਾ, ਜਿਸ ਤਰੀਕੇ ਦਾ ਘਾਣ ਹੋਇਆ ਸੀਗਾ ਸਿੱਖਾਂ ਦਾ, ਜਿਸ ਤਰੀਕੇ ਦੀ ਨਸਲਖੁਸ਼ੀ ਹੋਈ ਸੀਗੀ, ਇਹ ਉਸੇ ਗੱਲ ਨੂੰ ਅਮਲੀਜਾਮਾ ਅਪਣਾ ਰਹੀਆਂ ਹਨ ਗੱਲਾਂ ਇਹ ਵੀਡੀਓਜ਼। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਹਿੰਸਕ ਘਟਨਾ ਹੁੰਦੀ ਹੈ ਦਿੱਲੀ ਦੇ ਵਿੱਚ ਜਾਂ ਫਿਰ ਉਹਦੇ ਆਲੇ ਦੁਆਲੇ, ਤਾਂ ਕੀ ਸਿੱਖ ਮਹਿਫੂਜ਼ ਹਨ? ਕੀ ਇਹ ਘੱਲੂਘਾਰਾ ਜਿਹੜਾ ਵਾਪਰਿਆ ਸੀਗਾ ਕਿ ਇਹ ਦੁਬਾਰਾ ਤੋਂ ਹੋ ਸਕਦਾ? ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਮੈਂ ਬਿਲਕੁਲ ਸਹਿਮਤ ਹਾਂ ਤੁਹਾਡੀ ਇਸ ਗੱਲ ਤੋਂ। ਕੋਈ ਟੈਨਸ਼ਨ ਲੈਣ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ, ਬਾਣੀ ਬਾਣਾ ਜਿਹੜਾ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ, ਨਾ ਕੋਈ ਜੰਮਿਆ ਨਾ ਜੰਮੇਗਾ, ਜਾਂ ਜੰਮੇ ਕਰੇਗਾ ਉਹਦਾ ਨਾਸ ਆਪਣਾ ਹੀ ਹੋਏਗਾ ਜੀ 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 ਜੀ। 1,25,000 ਸੇਕ ਲੜਾ ਤਵੇ ਗੋਲ ਚ ਨਾ ਆਪਣੇ ਗੱਲਾਂ ਨੂੰ ਮੰਨੀਏ ਨਾ ਜੀ 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 ਹੋਏਗਾ ਪੂਰਾ ਰਾਜਾ ਕੂਲ ਨਾਸ ਇਦਾਂ ਹੀ ਹੋਣਾ, ਉਹ ਉੱਠਣਗੇ ਮਰਨਗੇ ਖਤਮ ਹੋਣਗੇ ਜੀ ਜੀ ਜੀ, ਠੀਕ ਹੈ ਨਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਭੈਣ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲਸ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੋਗੇ? ਓ ਮਹਾਰਾਜ, ਅਸੀਂ ਕੀ ਕਹਿਣਾ ਜੀ, ਜੇ ਆਪਾਂ ਸਿੱਖ ਹਰਦੀਪ ਸਿੰਘ ਬੋਲ ਰਹੇ ਹਾਂ ਨਾਲ ਜੀ ਜੀ। ਹਰਦੀਪ ਸਿੰਘ ਜੀ, ਕੀ ਕਹਿਣਾ ਚਾਹੋਗੇ ਤੁਸੀਂ ਔਨ ਏਅਰ ਹੋ? ਭਾਜੀ ਆਪਣਾ ਤਾਂ ਇਹ ਕਹਿਣਾ, ਜੇ ਆਪਾਂ ਸਾਰੇ ਸਿੱਖ ਇਕੱਠੇ ਹੋ ਜਾਈਏ ਨਾ, ਜਾਤ ਵਾਤ ਖਤਮ ਹੋ ਜਾਵੇ ਜੀ 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 ਜੀ, ਬਿਲਕੁਲ ਬਹੁਤ 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 ਲੋੜ ਹੈਗੀ ਇਕੱਠੇ ਹੋਣ ਦੀ। ਜੇਕਰ ਜਾਤ ਪਾਤ ਨੂੰ ਖਤਮ ਕਰਨਾ, ਉਹਦੀ ਸ਼ੁਰੂਆਤ ਸਾਨੂੰ ਅਮੈਰੀਕਾ ਤੋਂ ਹੀ ਕਰਨੀ ਪਏਗੀ, ਕਿਉਂਕਿ ਜੇਕਰ ਅਸੀਂ ਇੱਥੇ ਆ ਕੇ ਜਾਤ ਪਾਤ ਨੂੰ ਭੁੱਲ ਪਾ ਰਹੇ ਤਾਂ ਅਸੀਂ ਉੱਥੇ ਕੀ ਸੁਨੇਹਾ ਦੇਵਾਂਗੇ? ਆ ਰਹੇ ਹਾਂ ਛੋਟੇ ਜਿਹੇ ਨਿੱਕੇ ਜਿਹੇ ਵਕਫੇ ਤੋਂ ਬਾਅਦ।